ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਵਿੱਚ ਕੋਰੋਨਾ ਵਾਇਰਸ ਨੇ ਇਸ ਵੇਲੇ ਆਤੰਕ ਮਚਾਇਆ ਹੋਇਆ ਹੈ, ਉੱਥੇ ਦੂਜੇ ਪਾਸੇ ਦੁਨੀਆ ਦੇ ਉੱਪਰ ਵਿਸ਼ਵ ਦੇ ਉੱਪਰ ਇੱਕ ਹੋਰ ਖਤਰਾ ਲੰਬੇ ਸਮੇਂ ਤੋਂ ਮੰਡਰਾ ਰਿਹਾ ਹੈ ਤੇ ਇਹ ਖਤਰਾ ਕੋਰੋਨਾ ਵਾਇਰਸ ਤੋਂ ਵੀ ਵੱਡਾ ਦੱਸਿਆ ਜਾ ਰਿਹਾ ਹੈ। ਗਲੋਬਲ ਵਾਰਮਿੰਗ ਦੀ ਸਮੱਸਿਆ ਦਾ ਕਰਕੇ ਅੰਟਾਰਕਟਿਕਾ ਦੀ ਬਰਫ ਦੀ ਚਾਦਰ ਪਿਘਲ ਰਹੀ ਹੈ, ਗਰਮ ਹੋ ਰਹੀ ਹੈ। ਸਾਰੀਆਂ ਚੀਜ਼ਾਂ ਦੁਨੀਆ ਦੇ ਵਾਸਤੇ, ਮਨੁੱਖਤਾ ਦੇ ਵਾਸਤੇ ਇੱਕ ਵੱਡਾ ਖਤਰਾ ਸਾਬਿਤ ਹੋ ਸਕਦੀਆਂ ਨੇ ਤੇ ਹੋ ਵੀ ਰਹੀਆਂ ਨੇ ਕੁਝ ਹੱਦ ਤੱਕ। ਵਿਗਿਆਨੀਆਂ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ। ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ ਕਿਉਂਕਿ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਟੁਕੜਾ ਮੰਨਿਆ ਗਿਆ ਹੈ। ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਵਿੱਚ ਕੋਰੋਨਾ ਵਾਇਰਸ ਨੇ ਇਸ ਵੇਲੇ ਆਤੰਕ ਮਚਾਇਆ ਹੋਇਆ ਹੈ, ਉੱਥੇ ਦੂਜੇ ਪਾਸੇ ਦੁਨੀਆ ਦੇ ਉੱਪਰ ਵਿਸ਼ਵ ਦੇ ਉੱਪਰ ਇੱਕ ਹੋਰ ਖਤਰਾ ਲੰਬੇ ਸਮੇਂ ਤੋਂ ਮੰਡਰਾ ਰਿਹਾ ਹੈ ਤੇ ਇਹ ਖਤਰਾ ਕੋਰੋਨਾ ਵਾਇਰਸ ਤੋਂ ਵੀ ਵੱਡਾ ਦੱਸਿਆ ਜਾ ਰਿਹਾ ਹੈ। ਦਰਅਸਲ ਜਿਸ ਤਰ੍ਹਾਂ ਤਾਪਮਾਨ ਧਰਤੀ ਦੇ ਉੱਤੇ ਵਧਦਾ ਜਾ ਰਿਹਾ ਹੈ, ਗਲੋਬਲ ਵਾਰਮਿੰਗ ਦੀ ਸਮੱਸਿਆ ਦਾ ਕਰਕੇ ਅੰਟਾਰਕਟਿਕਾ ਦੀ ਬਰਫ਼ ਦੀ ਚਾਦਰ ਪਿਘਲ ਰਹੀ ਹੈ, ਗਰਮ ਹੋ ਰਹੀ ਹੈ ਅਤੇ ਦੂਜੇ ਪਾਸੇ ਅੰਟਾਰਕਟਿਕਾ ਦੇ ਨਾਲੋਂ ਵੱਡੇ ਵੱਡੇ ਗਲੇਸ਼ੀਅਰ ਅਤੇ ਆਈਸਬਰਗ ਵੀ ਅਲੱਗ ਹੋ ਰਹੇ ਨੇ, ਉਹ ਵੀ ਪਿਘਲ ਰਹੇ ਨੇ, ਟੁੱਟ ਕੇ ਸਮੁੰਦਰ ਦੇ ਵਿੱਚ ਤੈਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਦੁਨੀਆ ਦੇ ਵਾਸਤੇ, ਮਨੁੱਖਤਾ ਦੇ ਵਾਸਤੇ ਇੱਕ ਵੱਡਾ ਖਤਰਾ ਸਾਬਿਤ ਹੋ ਸਕਦੀਆਂ ਨੇ ਅਤੇ ਹੋ ਵੀ ਰਹੀਆਂ ਨੇ ਕੁਝ ਹੱਦ ਤੱਕ। ਤਾਜ਼ਾ ਹੀ ਖਬਰ ਦੇ ਮੁਤਾਬਕ ਇਸ ਵੇਲੇ ਦੁਨੀਆ ਦਾ, ਵਿਸ਼ਵ ਦਾ ਸਭ ਤੋਂ ਵੱਡਾ ਆਈਸਬਰਗ ਜੋ ਕਿ ਅੰਟਾਰਕਟਿਕਾ ਦੇ ਨਾਲੋਂ ਟੁੱਟ ਕੇ ਅਲੱਗ ਹੋ ਗਿਆ ਹੈ ਅਤੇ ਵਿਸ਼ਾਲ ਸਮੁੰਦਰ ਦੇ ਵਿੱਚ ਤੈਰ ਰਿਹਾ ਹੈ, ਅੰਟਾਰਕਟਿਕਾ ਦੇ ਨਾਲੋਂ ਟੁੱਟ ਕੇ ਉਹ ਅੱਗੇ ਲੰਘ ਚੁੱਕਾ ਹੈ, ਜਿਸ ਤੋਂ ਬਾਅਦ ਵਿਗਿਆਨੀਆਂ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ। ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ ਕਿਉਂਕਿ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਟੁਕੜਾ ਮੰਨਿਆ ਗਿਆ ਹੈ, ਸਭ ਤੋਂ ਵੱਡਾ ਬਰਫ਼ ਦਾ ਟੁਕੜਾ ਹੈ ਜਿਸ ਦਾ ਆਕਾਰ ਜਿਹੜਾ ਆ ਉਹ ਦੇਸ਼ ਦੀ ਰਾਜਧਾਨੀ ਦਿੱਲੀ ਤੋਂ 3 ਗੁਣਾ ਜ਼ਿਆਦਾ ਹੈ। ਇਸ ਬਰਫ਼ ਦੇ ਟੁਕੜੇ ਦੀ ਜੇਕਰ ਆਕਾਰ ਦੀ ਗੱਲ ਕਰੀਏ ਤਾਂ ਇਸ ਦੇ ਨਾਲ 3 ਦਿੱਲੀਆਂ ਬਣ ਜਾਣਗੀਆਂ। ਉੱਥੇ ਹੀ ਸਪੇਨ ਦੇ ਵਿੱਚ ਸਥਿਤ ਇੱਕ ਵੱਡਾ ਟਾਪੂ ਮਾਲੋਰਕਾ, ਉਸ ਦੇ ਆਕਾਰ ਦੇ ਬਰਾਬਰ ਦਾ ਹੈ ਇਹ ਵਾਲਾ ਬਰਫ਼ ਦਾ ਟੁਕੜਾ, ਜਿਸ ਦਾ ਨਾਮ A76 ਰੱਖਿਆ ਗਿਆ ਹੈ ਅਤੇ 4,320 ਸਕੁਏਅਰ ਕਿਲੋਮੀਟਰ ਦੇ ਸਾਈਜ਼ ਦਾ ਹੈ ਇਹ ਵਾਲਾ ਆਈਸਬਰਗ, ਜਿਹੜਾ ਅੰਟਾਰਕਟਿਕਾ ਦੇ ਨਾਲੋਂ ਹਾਲ ਹੀ ਵਿੱਚ ਟੁੱਟ ਕੇ ਅਲੱਗ ਹੋਇਆ ਹੈ। ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਤਾਂ ਨਿਊਯਾਰਕ ਦੇ ਲੌਂਗ ਆਈਲੈਂਡ ਦੇ ਨਾਲੋਂ ਵੀ ਵੱਡਾ ਹੈ ਇਹ ਵਾਲਾ ਆਈਸਬਰਗ। ਸੈਟੇਲਾਈਟ ਦੇ ਜ਼ਰੀਏ ਜੋ ਤਸਵੀਰਾਂ ਇਸ ਆਈਸਬਰਗ ਦੀਆਂ ਲਈਆਂ ਗਈਆਂ ਨੇ ਉਹਨਾਂ ਦੇ ਮੁਤਾਬਕ ਇਹ ਵਾਲਾ ਆਈਸਬਰਗ 170 ਕਿਲੋਮੀਟਰ ਲੰਬਾ ਹੈ ਅਤੇ ਕਰੀਬ 25 ਕਿਲੋਮੀਟਰ ਚੌੜਾ ਹੈ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਹਿਮਖੰਡ ਦੱਸਿਆ ਗਿਆ ਹੈ ਇਸ ਵੇਲੇ ਦਾ। ਇਹਦੇ ਤੋਂ ਬਿਨਾਂ ਵਿਗਿਆਨੀਆਂ ਦੇ ਵੱਲੋਂ ਇਸ ਆਈਸਬਰਗ ਨੂੰ ਲੈ ਕੇ ਕੀ ਕਿਹਾ ਗਿਆ ਹੈ ਉਹ ਵੀ ਦੱਸ ਦਿੰਦੇ ਹਾਂ। ਯੂਰੋਪੀਅਨ ਸਪੇਸ ਏਜੰਸੀ ਦਾ ਇਸ ਅੰਟਾਰਕਟਿਕਾ ਦੇ ਨਾਲੋਂ ਅਲੱਗ ਹੋਏ A76 ਆਈਸਬਰਗ ਦੇ ਬਾਰੇ ਵਿੱਚ ਕਹਿਣਾ ਹੈ ਕਿ ਰੋਨੇ ਆਈਸ ਸ਼ੈਲਫ ਦੇ ਪੱਛਮੀ ਹਿੱਸੇ ਤੋਂ ਟੁੱਟ ਕੇ ਇਹ ਵੱਡਾ ਟੁਕੜਾ ਅੱਗੇ ਲੰਘ ਚੁੱਕਾ ਹੈ ਅਤੇ ਇਸ ਵੇਲੇ ਸਮੁੰਦਰ ਦੇ ਵਿੱਚ ਇਹ ਬਰਫ਼ ਦਾ ਵੱਡਾ ਟੁਕੜਾ ਤੈਰ ਰਿਹਾ ਹੈ। ਵਿਗਿਆਨੀਆਂ ਦੇ ਮੁਤਾਬਕ ਇਸ ਦਾ ਜਿਹੜਾ ਕਾਰਨ ਆ ਟੁੱਟਣ ਦਾ ਉਹ ਕੁਦਰਤੀ ਦੱਸਿਆ ਗਿਆ ਹੈ। ਇਸ ਤੋਂ ਬਿਨਾਂ ਨੈਸ਼ਨਲ ਸਨੋਅ ਐਂਡ ਆਈਸ ਡਾਟਾ ਸੈਂਟਰ ਦੇ ਮੁਤਾਬਕ ਆਈਸਬਰਗ ਤੋਂ ਵੱਖ ਹੋਣ ਦੇ ਨਾਲ ਸਮੁੰਦਰ ਦੇ ਵਿੱਚ ਪਾਣੀ ਦਾ ਪੱਧਰ ਉਸਦੇ ਜਿਹੜਾ ਪੱਧਰ ਆ ਉਹ ਵਧੇਗਾ ਨਹੀਂ, ਪਰ ਅਸਿੱਧੇ ਤੌਰ ਉੱਤੇ ਸਮੁੰਦਰ ਦੇ ਪਾਣੀ ਦਾ ਪੱਧਰ ਜ਼ਰੂਰ ਵੱਧ ਸਕਦਾ ਹੈ। ਉੱਥੇ ਹੀ ਸੈਂਟਰ ਦੇ ਵੱਲੋਂ ਇਹ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਅੰਟਾਰਕਟਿਕਾ ਦੇ ਵਿੱਚ ਬਰਫ਼ ਅਤੇ ਬਰਫ਼ ਦੀ ਚਾਦਰ ਧਰਤੀ ਦੇ ਬਾਕੀ ਹਿੱਸਿਆਂ ਦੇ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਗਰਮ ਹੋ ਰਹੀ ਹੈ ਅਤੇ ਜ਼ਿਆਦਾ ਤੇਜ਼ੀ ਦੇ ਨਾਲ ਪਿਘਲ ਰਹੀ ਹੈ। ਗਲੇਸ਼ੀਅਰ ਟੁੱਟ ਕੇ ਅਲੱਗ ਹੋ ਰਹੇ ਨੇ ਅਤੇ ਇਹ ਜਿਹੜੇ ਆਈਸਬਰਗ ਆ ਜਾਂ ਗਲੇਸ਼ੀਅਰ ਆ ਅੰਟਾਰਕਟਿਕਾ ਦੇ ਨਾਲੋਂ ਟੁੱਟ ਕੇ ਪਿੱਛੇ ਹਟ ਜਾਂਦੇ ਨੇ। ਇਹ ਟੁਕੜੇ ਜਾਂ ਤਾਂ ਉਨੀ ਦੇਰ ਤੱਕ ਸਮੁੰਦਰ ਦੇ ਵਿੱਚ ਤੈਰਦੇ ਰਹਿੰਦੇ ਨੇ ਜਦੋਂ ਤੱਕ ਇਹ ਟੁੱਟ ਨਹੀਂ ਜਾਂਦੇ ਜਾਂ ਫਿਰ ਕਿਸੇ ਜ਼ਮੀਨ ਦੇ ਨਾਲ ਟਕਰਾ ਨਹੀਂ ਜਾਂਦੇ ਅਤੇ ਜਿੰਨੀ ਤੇਜ਼ੀ ਦੇ ਨਾਲ ਇਹ ਬਰਫ਼ ਪਿਘਲ ਰਹੀ ਹੈ, ਗਲੇਸ਼ੀਅਰ ਟੁੱਟ ਰਹੇ ਨੇ, ਉਨੀ ਤੇਜ਼ੀ ਦੇ ਨਾਲ ਸਮੁੰਦਰ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਦੱਸ ਦਈਏ ਕਿ ਅੰਟਾਰਕਟਿਕਾ ਦੇ ਨਾਲੋਂ ਹੁਣ ਤੱਕ ਕਈ ਆਈਸਬਰਗ ਜਾਂ ਗਲੇਸ਼ੀਅਰ ਟੁੱਟ ਚੁੱਕੇ ਨੇ ਜਿਹੜੇ ਸਮੁੰਦਰ ਦੇ ਵਿੱਚ ਤੈਰ ਰਹੇ ਨੇ। ਇਸੇ ਤਰ੍ਹਾਂ ਇੱਕ
ਟੋਟਿਨ ਨਾਮ ਦਾ ਆਈਸਬਰਗ ਜਿਹੜਾ ਕਿ ਫਰਾਂਸ ਦੇਸ਼ ਦੇ ਨਾਲੋਂ ਵੀ ਵੱਡਾ ਹੈ ਅੰਟਾਰਕਟਿਕਾ ਦੇ ਨਾਲੋਂ ਵੱਖ ਹੋ ਕੇ ਸਮੁੰਦਰ ਦੇ ਵਿੱਚ ਤੈਰ ਰਿਹਾ ਹੈ ਤੇ ਅੰਟਾਰਕਟਿਕਾ ਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ ਗਤੀ ਦੇ ਨਾਲ ਇਹ ਟੋਟਿਨ ਆਈਸਬਰਗ ਹੀ ਹੈ ਜਿਹੜਾ ਤੇਜ਼ ਗਤੀ ਦੇ ਨਾਲ ਅੱਗੇ ਚੱਲ ਰਿਹਾ ਹੈ ਤੈਰ ਰਿਹਾ ਹੈ ਤੇ ਇਹ ਪਿਘਲਣਾ ਵੀ ਸ਼ੁਰੂ ਹੋ ਚੁੱਕਾ ਹੈ ਇਸ ਦੇ ਪਿਘਲਣ ਦੇ ਨਾਲ ਸਮੁੰਦਰ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਹੋਰ ਵੱਧ ਰਿਹਾ ਹੈ ਉੱਥੇ ਹੀ ਜਿਹੜਾ ਸੈਂਟਰ ਹੈ ਉਹਦੇ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉੱਥੇ ਬਰਫ਼ ਦੇ ਰੂਪ ਦੇ ਵਿੱਚ ਇੰਨਾ ਪਾਣੀ ਜਮ੍ਹਾਂ ਹੈ ਕਿ ਜੇਕਰ ਉਹ ਸਾਰਾ ਬਰਫ਼ ਪਿਘਲ ਜਾਂਦੀ ਹੈ ਤਾਂ ਉਸ ਪਾਣੀ ਦੇ ਨਾਲ ਦੁਨੀਆ ਭਰ ਦੇ ਸਮੁੰਦਰਾਂ ਦੇ ਵਿੱਚ ਪਾਣੀ ਦਾ ਪੱਧਰ 200 ਫੁੱਟ ਤੱਕ ਉੱਚਾ ਜਾ ਸਕਦਾ ਹੈ ਅਤੇ ਵੱਧ ਸਕਦਾ ਹੈ ਜੇਕਰ ਇਸੇ ਤਰ੍ਹਾਂ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਰਿਹਾ ਗਲੋਬਲ ਵਾਰਮਿੰਗ ਦੀ ਸਮੱਸਿਆ ਇਸੇ ਤਰ੍ਹਾਂ ਚੱਲਦੀ ਰਹੀ ਰੁੱਖ ਜਿਹੜੇ ਆ ਧਰਤੀ ਦੇ ਉੱਤੇ ਕੱਟ ਹੁੰਦੇ ਰਹੇ ਜਾਂ ਜਲਵਾਯੂ ਨੂੰ ਲੈ ਕੇ ਜਾਂ ਮੌਸਮੀ ਤਬਦੀਲੀਆਂ ਹੁੰਦੀਆਂ ਰਹੀਆਂ ਮਨੁੱਖ ਕੁਦਰਤ ਦੇ ਨਾਲ ਛੇੜਛਾੜ ਕਰਦਾ ਰਿਹਾ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਮਨੁੱਖ ਨੂੰ ਚਾਰੇ ਪਾਸੇ ਹੜ੍ਹਾਂ ਦੀ ਮਾਰ ਦੇ ਨਾਲ ਜਾਂ ਫਿਰ ਹੋਰ ਕੁਦਰਤੀ ਜਿਹੜੇ ਘਟਨਾਵਾਂ ਹੁੰਦੀਆਂ ਨੇ ਮੌਸਮੀ ਤਬਦੀਲੀਆਂ ਉਹਨਾਂ ਦੇ ਨਾਲ ਜੂਝਣਾ ਪਵੇਗਾ ਉਹਨਾਂ ਦੀ ਮਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਫਿਰ ਇਹਨਾਂ ਹੜ੍ਹਾਂ ਦਾ ਕਰਕੇ ਜਾਂ ਹੋਰ ਕੁਦਰਤੀ ਘਟਨਾਵਾਂ ਦਾ ਕਰਕੇ ਬਿਮਾਰੀਆਂ ਘਟਦੀਆਂ ਨਹੀਂ ਸਗੋਂ ਹੋਰ ਵੱਧਦੀਆਂ ਹੀ ਨੇ